ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ ਚਰਚਾ ਕਰਾਂਗੇ ਕਿ ਪੰਜਾਬ ਦੇ ਗੁਰਨ ਬਨਵਾਰੀ ਲਾਡ ਪ੍ਰੋਧ ਜੀ ਨੇ ਪੰਜਾਬ ਸਰਕਾਰ ਵੱਲੋਂ ਭੇਜੇਗੇ ਪੰਜ ਬਿੱਲ ਜਿਨ੍ਹਾਂ ਚੋਂ ਤਿੰਨ ਮਨੀ ਬਿਲਾਂ ਅਤੇ ਇੱਕ ਬਿੱਲ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਪਦਵੀ ਗਵਰਨਰ ਤੋਂ ਬਦਲ ਕੇ ਮੁੱਖ ਮੰਤਰੀ ਨੂੰ ਦੇਣ ਦੀ ਜੋ ਬਿੱਲ ਪਾਸ ਕੀਤਾ ਹੈ ਉਹ ਹੈ ਅਤੇ ਦੂਸਰਾ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਨਿਯੁਕਤ ਕਰਨ ਦੀ ਜਿਹੜੀ ਪਾਵਰ ਹੈ ਉਹ ਸਟੇਟ ਗਵਰਨਮੈਂਟ ਆਪਣੇ ਕੋਲ ਲਿਆਉਣਾ ਚਾਹੁੰਦੀ ਹੈ ਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੋਲ ਉਸ ਨੂੰ ਆਗਿਆ ਲਈ ਚਾਉਣ ਲਈ ਨਾਂ ਭੇਜਿਆ ਜੇ ਕਹ ਲਿਆ ਕਿ ਪੰਜਾਬ ਦੇ ਗਵਰਨਰ ਬੜੀ ਦੇਰ ਤੋਂ ਕਹਿ ਰਹੇ ਸੀ ਕਿ ਜਿਹੜਾ ਇਹ ਸੈਸ਼ਨ ਹੋਇਆ ਹੁਣ ਉਹ ਸੈਸ਼ਨ ਕਾਨੂੰਨੀ ਤੌਰ ਤੇ ਕਨਸਟੀਟਿਊਸ਼ਨਲੀ ਗਲਤ ਹੈ ਇਸ ਲਈ ਉਹ ਇਹਨਾਂ ਬਿੱਲਾਂ ਨੂੰ ਪਾਸ ਨਹੀਂ ਕਰਦੇ ਭਗਵੰਤ ਮਾਨ ਜੀ ਨੇ ਜਾਂ ਪੰਜਾਬ ਸਰਕਾਰ ਨੇ ਮੁਰ ਫੇਰ ਸੈਸ਼ਨ ਬੁਲਾਇਆ ਦੋ ਦਿਨ ਦਾ ਉਸ ਬਾਰੇ ਵੀ बनवारी लालพรੋਧ ਜੀ ਨੇ ਇੱਕ ਸਟੇਟਮੈਂਟ ਦੇ ਦਿੱਤੀ ਕਿ ਇਹ ਸੈਸ਼ਨ ਵੀ ਇਲੀਗਲ ਹੈ। ਔਰੇ ਦੀ ਜੋ ਵੀ ਕਾਰਵਾਈ ਹੋਏਗੀ ਉਸ ਨੂੰ ਉਹ ਸਹਿਮਤੀ ਨਹੀਂ ਪ੍ਰਗਟਾਉਂਗੇ। ਕਿਉਂਕਿ ਜੋ ਵੀ ਕੁਝ ਬਿਲ ਪਾਸ ਕੀਤੇ ਜਾਂਦੇ ਉਹਨਾਂ ਨੂੰ ਕਾਨੂੰਨੀ ਰਤਬਾ ਦੇਣ ਲਈ ਗਵਰਨਰ ਨੂੰ ਨੂੰ ਸਹਿਮਤੀ ਪ੍ਰਗਟ ਕਰਦਾ ਉੱਥੇ ਦਸਤਖਤ ਕਰਦਾ ਉਸ ਤੋਂ ਬਾਅਦ ਉਹ ਉਹਨਾਂ ਦਾ ਨੋਟੀਫਿਕੇਸ਼ਨ ਹੁੰਦਾ ਗਜ਼ਟ ਨੋਟੀਫਿਕੇਸ਼ਨ ਤੇ ਕਾਨੂੰਨ ਬਣਦਾ ਇਹ ਜੋ ਗਵਰਨਰਾਂ ਦੀ ਸਟੇਟਾਂ ਨਾਲ ਲੜਾਈ ਹੈ ਜਾਂ ਝਗੜਾ ਹੈ ਜਾਂ ਖੇਪਣਾ ਇਹਨੂੰ ਕੁਝ ਵੀ ਸ਼ਬਦ ਵਰਤ ਲਈਏ ਇਹ ਸਿਰਫ ਉਹਨਾਂ ਸਟੇਟਾਂ ਵਿੱਚ ਹੈ ਜਿੱਥੇ ਵਿਰੋਧੀਆਂ ਦੀਆਂ ਸਰਕਾਰਾਂ ਹਨ ਜਿਵੇਂ ਬੈਸਟ ਬੰਗਾਲ ਵਿੱਚ ਤੁਸੀਂ ਦੇਖਿਆ ਕਿ ਜਗਦੀਪ ਤਨਖੜ ਜੀ ਜੋ ਹਰ ਦੇਸ਼ ਤੇ ਵਾਈਸ ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਹਨ ਇਹ گورਨਰਸ ਹੀ ਉੱਥੇ ਇਹਨਾਂ ਨੇ ਆਪਣਾ ਪੂਰਾ ਆਡਾ ਰੱਖਿਆ ਮਮਤਾ ਬੈਨਰਜੀ ਨਾਲ ਮੁੱਖ ਮੰਤਰੀ ਬੈਸਟ ਬੰਗਾਲ ਔਰ ਇਸੇ ਤਰ੍ਹਾਂ ਹੀ ਹਲੇ ਵੀ ਜੋ ਹੈ ਕੇਰਲਾ ਗਵਰਨਮੈਂਟ ਨਾਲ ਵੀ ਉੱਥੋਂ ਦੇ گورਨਰ ਦਾ ਜੋ ਹੈ ਟਕਰਾਅ ਰਹਿੰਦਾ ਹੀ ਹੈ ਉਹਨਾਂ ਨੇ ਵੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਜੋ ਨਿਯੁਕਤੀ ਹੈ ਉਸ ਦਾ ਬਦਲ ਕੇ ਮੁੱਖ ਮੰਤਰੀ ਨੂੰ ਚਾਂਸਲਰ ਬਣਾਉਣ ਦਾ ਫੈਸਲਾ ਲਿਆ ਇਸੇ ਤਰ੍ਹਾਂ ਹੀ ਮਮਤਾ ਬੇਨਰਜੀ ਨੇ ਵੀ ਯੂਨੀਵਰਸਿਟੀਆਂ ਵਾਲੇ ਜਿਹੜਾ ਇਹ ਫੈਸਲਾ ਲਿਆ ਪਰ ਗੱਲ ਜਿਹੜੀ ਇਹ ਹੋ ਰਹੀ ਹੈ ਹੁਣ ਤੀਸਰੇ ਗਵਰਨਰ ਦੀ ਗੱਲ ਹੋ ਰਹੀ ਹੈ ਤੀਸਰੇ ਗਵਰਨਰ ਹਨ ਤਾਮਿਲਨਾਡੂ ਦੇ ਔਰ ਤਾਮਿਲਨਾਡੂ ਦੇ ਜੋ ਗਵਰਨਰ ਹਨ ਆਰ ਐਨ ਰਵੀ ਉਹ ਵੀ ਰੋਜ਼ਮਰਾਂ ਕੁਝ ਨਾ ਕੁਝ ਅਟਕਣਾ ਡਾਂਦੇ ਰਹਿੰਦੇ ਹਨ ਤਾਂ ਉੱਥੇ ਵੀ ਤਾਮਿਲਨਾਡੂ ਸਰਕਾਰ ਨੇ ਗਵਰਨਰ ਉੱਪਰ ਕਈ ਤਰ੍ਹਾਂ ਦੇ ਦੋਸ਼ ਲਾ ਕੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਹੈ ਉਸ ਪਟੀਸ਼ਨ ਵਿੱਚ ਜੋ ਦੋਸ਼ ਲਾਏ ਹਨ ਤਾਮਿਲਨਾਡੂ ਸਰਕਾਰ ਨੇ ਉਹ ਸੁਣਨ ਵਾਲਿਆ ਉਹਨਾਂ ਨੇ ਇਹ ਕਿਹਾ ਕਿ ਇਹ ਰਾਜ ਸਰਕਾਰ ਦੀ ਪ੍ਰਸ਼ਾਸਨ ਵਿਧੀ ਵਿੱਚ ਅੜਕਣਾ ਡਾਰੇ ਹਨ ਔਰ ਇਹ ਪ੍ਰਬੰਧ ਚਲਾਉਣ ਤੋਂ ਸਰਕਾਰ ਨੂੰ ਰੋਕ ਰਹੇ ਹਨ ਲੋਕਾਂ ਵੱਲੋਂ ਦਿੱਤੇ ਹੋਏ ਮੰਡੇਟ ਨੂੰ ਇਹ ਰੈਕੋਗਨਾਈਜ਼ ਨਹੀਂ ਕਰ ਇੱਥੇ ਮੈਂ ਥੋੜਾ ਜਿਹਾ ਦੱਸਣਾ ਚਾਹਨਾ ਕਿ ਜੋ ਗਵਰਨਰ ਹੁੰਦੇ ਹਨ ਚਾਹੇ ਉਹ ਉੱਤਰ ਪ੍ਰਦੇਸ਼ ਦੇ ਹੋਣ ਜਾਂ ਵੈਸਟ ਬੰਗਾਲ ਦੇ ਹੋਣ ਜਾਂ ਕੇਰਲਾ ਦੇ ਹੋਣ ਜਾਂ ਤਾਮਿਲਨਾਡੂ ਦੇ ਹੋਣ ਜਾਂ ਪੰਜਾਬ ਦੇ ਹੋਣ ਉਹ ਸਾਰਿਆਂ ਦੀ ਜੋ ਨਿਯੁਕਤੀ ਤੇ ਪੋਜੀਸ਼ਨ ਹੈ ਉਹ ਕਨਸਟੀਚਿਊਸ਼ਨਲ ਹੈੱਡ ਵਾਲੀ ਪੋਜੀਸ਼ਨ ਹੈ ਲੇਕਿਨ ਜੋ ਮੁੱਖ ਮੰਤਰੀ ਹੁੰਦਾ ਉਹ ਸਟੇਟ ਦੀ ਇਲੈਕਟਿਡ ਮੰਡੇਟ ਲੈ ਕੇ ਆਂਦਾ ਅਤੇ ਉਹ ਗਵਰਨਮੈਂਟ ਆਫ ਦੀ ਸਟੇਟ ਦਾ ਮੁੱਖ ਮੰਤਰੀ ਹੁੰਦਾ ਉਹਦੇ ਕੋਲ ਲੋਕਾਂ ਦਾ ਉਸ ਤੋਂ ਦੀ ਸਟੇਟ ਦੇ ਮੰਡੇਟ ਹੁੰਦਾ ਹੁਣ ਗਵਰਨਰ ਮੰਡੇਟ ਨਾਲ ਹੀ ਟਕਰਾਨ ਲੱਗ ਜਾਂਦਾ ਤੇ ਪੰਜਾਬ ਵਿੱਚ ਹੋ ਕੀ ਰਿਹਾ ਤਾਨੂੰ ਇਹ ਪਤਾਉਣਾ ਚਾਹੀਦਾ ਇਹ ਮੈਂ ਤੁਹਾਡੇ ਥੋੜੀ ਜਾਣਕਾਰੀ ਲਈ ਤੁਹਾਡੇ ਨਾਲ ਇਸ ਨੂੰ ਸਾਂਝਾ ਕਰ ਰਿਹਾ ਕਿ ਜਗਦੀਪ ਦਨਖੜ ਜੋ ਇੱਕ ਕਾਫੀ ਦੇਰ ਲੰਮੇ ਤੋਂ ਸਿਆਸਤ ਵਿੱਚ ਜਾਣ ਔਰ ਚੰਦਰ ਸ਼ੇਖਰ ਦੀ ਜੋ ਪ੍ਰਾਈਮ ਮਿਨਿਸਟਰ ਸਨ ਉਹਨਾਂ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਸਨ ਅਤੇ ਪਾਰਲੀਮੈਂਟਲੀ ਅਫਡੇਰ ਦੇ ਮਨਿਸਟਰ ਵੀ ਸਨ ਇਹ ਐਕਸਪੀਰੀਅੰਸ ਵਾਲੇ ਹਨ ਕਾਫੀ ਐਕਸਪੀਰੀਅੰਸ ਹੈ ਇਹਨਾਂ ਨੂੰ ਪਰ ਇਹਨਾਂ ਨੇ ਮਮਤਾ ਬੈਨਰਜੀ ਦੀ ਜਿਹੜੀ ਕੰਮ ਕਰਨ ਦਾ ਸੀ گاਉ ਦੇ ਚ ਨਿਆ ਅੜਚਣਾ ਡਾਈਆਂ ਇਹਨਾਂ ਉਹਨੂੰ ਤੰਗ ਕੀਤਾ ਕਿ ਤੁਸੀਂ ਸੋਚ ਨਹੀਂ ਸਕਦੇ ਹਰ ਗੱਲ ਤੇ ਦਖਲ ਦੇਣਾ ਜਿਵੇਂ ਪੰਜਾਬ ਦੇ ਗਵਰਨਰ ਕਰਨ ਬਨਵਾਰੀ ਲਾਲ ਪ੍ਰੋਤੂ ਜੀ ਹਰ ਗੱਲ 'ਚ ਦਖਲ ਦੇਣਾ ਔਰ ਦਨਖੜ ਜੀ ਦੀ ਤੇ ਜੋ ਮਮਤਾ ਬੈਨਰਜੀ ਨੂੰ ਉਹਨਾਂ ਨੇ ਰੁਕਾਵਟਾਂ ਪਾਈਆਂ ਅੜਚਣਾ ਕੀਤੀਆਂ ਉਹਦੀਆਂ ਸੇਵਾਵਾਂ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਮਾਨਤਾ ਦਿੱਤੀ ਕਿ ਤੁਸੀਂ ਵਧੀਆ ਕੰਮ ਕੀਤਾ ਔਰ ਉਸ ਦੇ ਬਦਲੇ ਵਿੱਚ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਦੇਸ਼ ਦੇ ਬਣਾਇਆ ਗਿਆ ਬੀਜੇਪੀ ਦੇ ਉਹ ਕੈਂਡੀਡੇਟ ਸਨ ਉਹਨਾਂ ਨੇ ਜਿੱਤਣਾ ਹੀ ਸੀ ਕਿਉਂਕਿ ਬੀਜੇਪੀ ਦੀ ਮжоਰੀਟੀ ਹੈ ਉਹਨਾਂ ਕੋ ਵੋਟਾਂ ਜ਼ਿਆਦਾ ਸੀਗੀਆਂ ਸੋ ਦਨਖੜ ਜੀ ਹੁਣ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਬਣ ਗਏ ਸੋ ਇਹ ਵੀ ਲਗ ਰਿਹਾ ਹੈ ਕਿ ਗਵਰਨਰਾਂ ਦੀ ਇੱਕ ਆਦਤ ਜੀ ਹੋ ਗਈ ਲੱਗਦੀ ਹੈ ਕਿ ਜਿੱਥੇ ਗੈਰ ਬੀਜੇਪੀ ਸਰਕਾਰਾਂ ਹਨ ਉੱਥੇ ਉਹਨਾਂ ਦੇ ਰੋਜ਼ਮਰਾਂ ਕੰਮਾਂ ਵਿੱਚ ਦਖਲ ਦੇਈ ਜੋ ਬਿਲ ਪਾਸ ਹੋ ਕੇ ਆਣ ਉਹਨਾਂ ਨੂੰ ਕਲੀਅਰ ਨਾ ਕਰੋ ਵਾਪਸ ਭੇਜ ਦਿਓ ਉਹਨਾਂ 'ਚ ਕੋਈ ਨੁਕਸ ਘਟ ਦਿਓ ਹੈ ਜੀ ਉਹਨਾਂ ਤੇ ਕਈ ਕਿਸਮ ਦੇ ਕਿੰਤੂ ਪਰੰਤੂ ਲਾ ਕੇ ਤੇ ਉਹਨਾਂ ਨੂੰ ਵਾਪਸ ਕਰ ਦਿਓ ਇਹ ਜੋ ਤਾਮਿਲਨਾਡੂ ਦੇ ਗਵਰਨਰ ਹਨ ਰਵੀ ਰਵੀ ਜੀ ਨੇ ਵੀ ਉਹਨਾਂ ਦੇ ਬਹੁਤ ਸਾਰੇ ਬਿੱਲ ਵਾਪਸ ਭੇਜ ਦਿੱਤੇ ਕਈ ਬਿੱਲ ਉਹਨਾਂ ਨੇ ਦੁਬਾਰਾ ਵਾਪਸ ਭੇਜ ਦਿੱਤੇ ਜਿਸ ਤੇ ਕੇ ਸਟੇਟ ਗਵਰਨਮੈਂਟ ਨੇ ਤਾਮਿਲਨਾਡੂ ਹਾਈ ਕੋਰਟ ਵਿੱਚ ਇੱਕ ਅਪੀਲ ਪਾ ਦਿੱਤੀ ਅਪੀਲ ਵਿੱਚ ਉਹਨਾਂ ਨੇ ਗਵਰਨਰ ਤੇ ਸਾਰੇ ਦੋਸ਼ ਜੋ ਕੇ ਗਵਰਨਰ ਦੇ ਰੁਤਬੇ ਨੂੰ ਪੇਤਲਾ ਕਰਦੇ ਹਨ ਧੁੰਦਲਾ ਕਰਦੇ ਹਨ ਉਹਨਾਂ ਨੇ ਉਹ ਸਾਰੇ ਲਾ ਦਿੱਤੇ ਹਨ ਅਤੇ ਇਹ ਜਿਆ ਹੀ ਪੰਜਾਬ ਵਿੱਚ ਹੋ ਰਿਹਾ ਹੈ ਪੰਜਾਬ ਵਿੱਚ ਕਿਉਂ ਹੋ ਰਿਹਾ ਹੈ ਕਿ ਪੰਜਾਬ ਦੀ ਜੋ ਰੂਲਿੰਗ ਪਾਰਟੀ ਹੈ ਆਮ ਆਦਮੀ ਪਾਰਟੀ ਇਹ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦਾ ਰਾਜ ਹੈ ਉਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੁਸੀਂ ਦੇਖਿਆ ਹੋਣਾ ਕਿ ਉਥੋਂ ਦੇ ਲੈਫਟੀਨੈਂਟ ਗਵਰਨਰ ਕੇਜਰੀਵਾਲ ਦੇ ਕੀਤੇ ਹੋਏ ਕੰਮਾਂ 'ਚ ਇਤਨੀ ਜ਼ਿਆਦਾ ਦਖਲਅੰਦਾਜ਼ੀ ਕਰਦੇ ਸੀ ਕਿ ਉਸ ਨੂੰ ਪ੍ਰਸ਼ਾਸਨ ਕਰਨੀ ਨਹੀਂ ਦਿੱਤਾ ਉਹਦੇ 'ਚ ਅਰਚਨਾ ਲਾਈਆਂ ਔਰ ਅਖੀਰ ਤੇ ਉਹਦੇ ਕੋਲੋਂ ਇਹ ਅਧਿਕਾਰ ਵੀ ਖੋ ਲਿਆ ਕਿ ਉਹ ਕਿਸੇ ਪੀ ਐਨ ਕਲਰਕ ਆਈ ਐਸ ਅਫਸਰ ਤੇ ਛਡੋ ਸਟੇਟ ਸਰਵਿਸਿਜ਼ ਦੇ ਅਫਸਰ ਵੀ ਛਡੋ ਉਹ ਕਿਸੇ ਦੀ ਨਿਯੁਕਤੀ ਨਹੀਂ ਕਰ ਸਕਦੇ ਕਿਸੇ ਦੀ ਟਰਾਂਸਫਰ ਨਹੀਂ ਕਰ ਸਕਦੇ ਬੜੀ ਲੰਬੀ ਸੰਘਰਸ਼ ਉਹਨਾਂ ਦੀ ਚੱਲੀ ਉਹਨਾਂ ਨੂੰ ਸੁਪਰੀਮ ਕੋਰਟ ਨੇ ਚੀਫ ਮਿਨਿਸਟਰ ਦੇ ਅਧਿਕਾਰ ਤੇ ਲੈਫਟੀਨੈਂਟ ਗਵਰਨਰ ਦੇ ਅਧਿਕਾਰ ਡਿਫਾਈਨ ਕੀਤੇ ਉਹਦੇ ਵਿੱਚ ਕੇਜਰੀਵਾਲ ਜੀ ਦੀ ਜਿੱਤ ਹੋਈ ਕਿ ਉਹ ਆਈਐਸ ਅਫਸਰਾਂ ਨੂੰ ਵੀ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਪੋਸਟਾਂ ਦੇ ਸਕਦੇ ਕੁਝ ਦਿਨ ਹੀ ਲੰਘੇ ਤਾਂ ਬੀਜੇਪੀ ਸਰਕਾਰ ਨੇ ਯਾਨੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰਕੇ ਜੋ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਸੀ ਉਸ ਨੂੰ ਰਿਵਰਸ ਕਰ ਦਿੱਤਾ ਅਪਸਾਈਡ ਡੋਨਟ ਗੱਲ ਮੋੜ ਸਾਰੀਆਂ ਬਾਵਰ ਲੈਫਟੀਨੈਂਟ ਗਵਰਨਰ ਕੋਲ ਚਲੀਆਂ ਔਰ ਉਥੋਂ ਦੇ ਚੀਫ ਮਿਨਿਸਟਰ ਜਾਨੀ ਦਿੱਲੀ ਗਵਰਨਮੈਂਟ ਦੁਬਾਰਾ ਸੁਪਰੀਮ ਕੋਰਟ ਗਈ ਤਾਂ ਉਸ ਤੋਂ ਪਹਿਲੇ ਕਿ ਸੁਪਰੀਮ ਕੋਰਟ ਫੈਸਲਾ ਲੈਂਦੀ ਦੇਸ਼ ਦੀ ਪਾਰਲੀਮੈਂਟ ਅਕੇ ਇੱਕ ਬਿਲ ਆਂਦਾ ਗਿਆ ਜਿਸ ਵਿੱਚ ਚੀਫ ਮਿਨਿਸਟਰ ਦੇ ਸਾਰੇ ਅਧਿਕਾਰ ਨਿਯੁਕਤੀਆਂ ਕਰਨ ਦੇ ਟਰਾਂਸਫਰ ਕਰਨ ਦੇ ਉਹਦੇ ਤੋਂ ਖੋਲੇਗੇ ਅਤੇ ਉਹ ਸਾਰੇ ਅਧਿਕਾਰ ਲੈਫਟੀਨੈਂਟ ਗਵਰਨਰ ਜੋ ਕਨਸਟੀਚੂਸ਼ਨਲ ਹੈਡ ਹੈ ਉਸ ਨੂੰ ਦੇ ਦਿੱਤੇ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਹੀ ਜਿਹੜੀ ਉਥੋਂ ਦੀ ਪੁਲਿਸ ਡਿਪਾਰਟਮੈਂਟ ਹੈ ਜਾਨੀ ਉਹ ਸਾਰਾ ਦੇਸ਼ ਦੇ ਹੋਮ ਮਿਨਿਸਟਰ ਦੇ ਅੰਡਰ ਹੁੰਦਾ ਹੋਮ ਮਿਨਿਸਟਰੀ ਦੇ ਅੰਡਰ ਹੁੰਦਾ ਔਰ ਉਹ ਸਾਰੀਆਂ ਨਿਯੁਕਤੀਆਂ ਟਰਾਂਸਫਰ ਅਪੁਆਇੰਟਮੈਂਟਾਂ ਦੇਸ਼ ਦੇ ਗ੍ਰਹਿ ਮੰਤਰੀ ਹੀ ਕਰਦੇ ਆ ਹੁਣ ਉਹ ਅਮਿਤ ਸ਼ਾਹ ਹਨ ਸੋ ਉਹਨਾਂ ਦੇ ਕੋਲ ਪੁਲਿਸ ਪਹਿਲੇ ਹੀ ਨਹੀਂ ਹੈਗੀ ਸਟੇਟ ਦੀ ਸਕਿਉਰਿਟੀ ਸਟੇਟ ਵਿੱਚ ਜੋ ਹੁੰਦਾ ਲੋਕਲ ਉਹਦਾ ਉਹਨਾਂ ਨੂੰ ਕੋਈ ਦਖਲ ਦੇਣ ਦਾ ਲਾਏ ਆਨ ਆਰਡਰ ਦਾ ਅਧਿਕਾਰ ਨਹੀਂ ਸੋ ਇਸੇ ਪ੍ਰਕਾਰ ਜਿਵੇਂ ਕਿ ਤੁਸੀਂ ਦੇਖਿਆ ਉਹਨਾਂ ਨੇ ਕਿਵੇਂ ਅਰਵਿੰਦ ਕੇਜਰੀਵਾਲ ਨੂੰ ਇੱਕ ਨਬੂਣਾ ਜੀ ਆ ਚੀਫ ਮਿਨਿਸਟਰ ਬਣਾ ਕੇ ਰੱਖਤਾ ਜਿਹਦੇ ਉਹਨਾਂ ਨੇ ਇਵੇਂ ਕਹਿ ਲਈਏ ਕਿ ਵੀ ਹੱਥ ਵੀ ਕੱਟ ਕੇ ਰੱਖ ਲੈਣ ਉਹਨਾਂ ਕੋਲ ਹੁਣ ਬਹੁਤ ਥੋੜੀਆਂ ਪਾਵਰਾਂ ਸਟੇਟ ਚਲਾਉਂਦੀਆਂ ਬਾਕੀ ਸਾਰੀਆਂ ਪਾਵਰ ਜਲੀਆਂ ਗਿਆ ਹੋਮ ਮਿਨਿਸਟਰ ਕੋਲ ਜਾਂ ਫਿਰ ਬਹੁਤ ਸਾਰੀਆਂ ਪ੍ਰਸ਼ਾਸਨਿਕ ਜੋ ਅਪੁਆਇੰਟਮੈਂਟਾਂ ਦੀਆਂ ਟਰਾਂਸਫਰ ਦੀਆਂ ਪਾਵਰਾਂ ਉਹ ਜਲੀਆਂ ਗਿਆ ਲੈਫਟੀਨੈਂਟ ਗਵਰਨਰ ਹੁਣ ਆਈਐਸੀ ਪੰਜਾਬ ਤੇ ਪੰਜਾਬ ਚ ਹੋ ਕੀ ਰਿਹਾ ਪੰਜਾਬ ਜਿਹ ਪਹਿਲਾ ਕਸ਼ਮਕਸ਼ ਚੱਲੀ ਕਿ ਬਨਵਾਰੀ لال פרוਜ ਜੀ ਨੇ ਅਸੈਂਬਲੀ ਦਾ ਸੈਸ਼ਨ ਬੁਲਾਇਆ ਉਹਨਾਂ ਨੇ ਤਾਂ ਉਸ ਦੀ ਆਗਿਆਨਾਂ ਦਿੱਤੀ ਪੰਜਾਬ ਸਰਕਾਰ ਨੇ ਉਸ ਨੂੰ ਸੁਪਰੀਮ ਕੋਰਟ ਸੇ ਚੈਲੰਜ ਕਰਤਾ ਇਸ ਤੋਂ ਪਹਿਲਾਂ ਕਿ ਸੁਪਰੀਮ ਕੋਰਟ ਕੁਝ ਫੈਸਲਾ ਦੇਂਦੀ ਬਨਵਾਰੀ لال פרוਜ ਜੀ ਨੇ ਇੱਕ ਦਿਨ ਪਹਿਲੇ ਸੈਸ਼ਨ ਕਰਨ ਦੀ ਬੁਲਾਉਣ ਦੀ anumati ਦੇ ਪਰ ਸੁਪਰੀਮ ਕੋਰਟ ਨੇ ਕੇਸ ਫਿਰ ਵੀ ਸੁਣਿਆ ਉਹਨੂੰ ਇਨਫ੍ਰੈਕਚੁਅਸ ਨਹੀਂ ਕੀਤਾ ਤੇ ਉਹਨਾਂ ਨੇ ਦੋਨਾਂ ਯਾਨੀ ਕਿ ਕਨਸਟੀਚਿਊਸ਼ਨਲ ਹੈਡ گورنر ਨੂੰ ਅਤੇ ਸਟੇਟ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਨੂੰ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਉਹ ਜੋ گورنر ਦਾ ਪਦਵੀ ਹੈ ਆਫੀਸਰ ਉਸ ਦਾ ਮਾਨ ਮਰਿਆਦਾ ਬਣਾ ਕੇ ਰੱਖਣ ਅਤੇ ਉਹ ਜੋ ਰਿਕਾਰਡ ਮੰਗਦੇ ਹਨ ਜਾਂ ਉਹ ਚਾਹੁੰਦੇ ਹਨ ਉਸ ਵਿੱਚ ਉਹਨਾਂ ਨੂੰ ਸਹਿਯੋਗ ਕੀਤਾ ਪਰ ਪੰਜਾਬ ਜੋ ਹੋ ਰਹੀ ਰਿਹਾ ਕਿ ਪੰਜਾਬ ਵਿੱਚ ਪੰਜ ਬਿਲ ਜੋ ਪਾਸ ਕੀਤੇ ਇਹ ਜਿਹੜਾ ਇਸੇ ਮਹੀਨੇ ਪਿਛਲੇ ਮਹੀਨੇ ਇਸ ਅਕਤੂਬਰ ਸੈਸ਼ਨ ਹੋਇਆ ਸੀ ਦੋ ਦਿਨ ਦਾ ਉਹ ਕੱਟ ਕੇ ਇੱਕ ਦਿਨ ਦਾ ਕੀਤਾ ਗਿਆ ਫਿਰ ਉਹ ਉਸ ਤੋਂ ਪਹਿਲਾਂ ਜਿਹੜਾ ਸੈਸ਼ਨ ਹੋਇਆ ਜਿਹਨੂੰ ਅਸੀਂ ਉਹਦੇ ਵਿੱਚ ਉਹਨਾਂ ਨੇ ਜਿਹੜੇ 3 ਬਿੱਲ ਪਾਸ ਕੀਤੇ ਸੀ ਮਨੀ ਬਿੱਲ ਤੇ ਦੋ ਬਿੱਲ ਜਿਵੇਂ ਮੈਂ ਤੁਹਾਨੂੰ ਦੱਸ ਸਕਦਾ ਹਾਂ ਜੁਨੀਵਰਸਿਟੀ ਦੇ ਵਾਈਸ ਚਾਂਸਲਰਾਂ ਦੀ ਪਦਵੀ ਦੀ ਨਿਯੁਕਤੀ ਤੇ ਚਾਂਸਲਰ ਕੌਣ ਹੋਏਗਾ ਦੋ ਬਿੱਲ ਜਿਨ੍ਹਾਂ ਦਾ ਸਬੰਧ ਚਾਂਸਲਰ ਦੀ ਨਿਯੁਕਤੀ ਅਤੇ ਚਾਂਸਲਰ ਕੌਣ ਹੋਏਗਾ ਔਰ ਸਰਕਾਰ ਨੇ ਪਾਸ ਕਰਕੇ ਭੇਜਿਆ ਬਿਲ ਕੇ ਵੀ ਚਾਂਸਲਰ ਜੋ ਹੈ ਉਹ ਚੀਫ ਮਿਨਿਸਟਰ ਹੋਏਗਾ ਜਾਨੀ ਗਵਰਨਰ ਤੋਂ ਯੂਨੀਵਰਸਿਟੀਆਂ ਦੇ ਚਾਂਸਲਰ ਹੋਣ ਦਾ ਹਦਕਾਰ ਪੰਜਾਬ ਸਰਕਾਰ ਨੇ ਖੋ ਕੇ ਇੱਕ ਨਵਾਂ ਬਿਲ ਪਾਸ ਕਰਕੇ ਤੇ ਗੁਰਨਨ ਤੋਂ ਸਹਿਮਤੀ ਲੈਣ ਲਈ ਭੇਜਿਆ ਤੇ ਗੁਰਨਨ ਨੂੰ ਜਾਨੀ ਪ੍ਰੋਚੀ ਨੂੰ ਇਹ ਬੜਾ ਔਖਾ ਲੱਗਿਆ ਹੋਣਾ ਕਿ ਉਹ ਆਪ ਹੀ ਸਹਿਮਤੀ ਦੇ ਦੇਣ ਕਿ ਉਹਨਾਂ ਦੀ ਹੁਣ ਅਗੋਂ ਚਾਂਸਲਰ ਨਹੀਂ ਹੋਣਗੇ ਯੂਨੀਵਰਸਿਟੀਆਂ ਪੰਜਾਬ ਵਿੱਚ 5-6 ਯੂਨੀਵਰਸਿਟੀਆਂ ਜਿਹੜੀਆਂ ਸਰਕਾਰੀ ਹਨ ਉਹਨਾਂ ਦੀ ਚਾਂਸਲਰ ਜੋ ਹੁੰਦੇ ਹਨ ਉਹ ਗਵਰਨਰ ਹੀ ਹੁੰਦੇ ਹਨ ਤਾਂ ਦੂਸਰਾ ਜੋ ਬਿੱਲ ਸੀਗਾ ਉਹ ਸੀਗਾ ਡੀਜੀਪੀ ਦੀ ਨਿਯੁਕਤੀ ਬਾਰੇ ਪੰਜਾਬ ਸਰਕਾਰ ਨੇ ਨਵਾਂ ਜੋ ਰੂਲ ਬਣਾਏ ਉਹਨਾਂ ਵਿੱਚ ਉਹਨਾਂ ਨੇ ਜੋ ਕੇਂਦਰ ਨੂੰ ਭੇਜਿਆ ਜਾਂਦਾ ਸੀਗਾ ਇੱਕ ਪੰਜ ਮੈਂਬਰਾਂ ਦਾ ਪੈਨਲ ਸੀਨੀਅਰ ਮੈਂਬਰਾਂ ਦਾ ਉਹਦੇ ਵਿੱਚੋਂ ਪੰਜ ਸੀਨੀਅਰ ਆਈਪੀਐਸ ਅਫਸਰਾਂ ਵਿੱਚੋਂ ਡੀਜੀਪੀ ਚੁਣਨ ਦਾ ਅਧਿਕਾਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਦਿੱਤਾ ਸੀ ਤੋਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੀ ਕਈ ਤਰ੍ਹਾਂ ਦੀ ਸਿਆਸਤ ਕੇਂਦਰ ਦੀ ਸਰਕਾਰ ਦੇ ਕਹਨ ਤੇ ਖੇਡ ਰਿਆ ਸੀ ਅਤੇ ਕੋਸ਼ਿਸ਼ ਹੁੰਦੀ ਸੀ ਕਿ ਉਹਨਾਂ ਨੂੰ ਜਿਹੜਾ ਬੰਦਾ ਸੂਟ ਕਰਦਾ ਉਹਦੀ ਨਿਯੁਕਤੀ ਹੋਵੇ ਸੋ ਉਹ ਬਿਲ ਵੀ ਗਵਰਨਰ ਨੇ ਰੋਕ ਲਿਆ ਹੁਣ ਜਦੋਂ ਦੀ ਪੰਜਾਬ ਸਰਕਾਰ ਨੇ ਮੁੜ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਹੈ ਔਰ ਉਹਨਾਂ ਨੇ ਦੋਸ਼ ਲਾਇਆ ਹੈ ਕਿ ਜੋ ਪੰਜਾਬ ਦੇ ਗਵਰਨਰ ਹਨ ਬਨਵਾਰੀ ਲਾਲ פרוਜੀ ਉਹ ਪ੍ਰਸ਼ਾਸਨ ਵਿਧੀ ਵਿੱਚ ਅਟਕੜਾਂ ਪਾਉਂਦੇ ਹਨ ਰੁਕੜਾਵਟਾਂ ਕਰਦੇ ਹਨ ਸਰਕਾਰ ਨੂੰ ਪ੍ਰਸ਼ਾਸਨ ਕਰਨ ਨਹੀਂ ਦੇ ਰਹੇ ਉਹਨਾਂ ਦਾ ਜਿੰਨਾ ਗੱਲਾਂ ਨਾਲ ਸੰਬੰਧ ਨਹੀਂ ਉਹਨਾਂ 'ਚ ਵੀ ਉਹ ਦਖਲ ਦਿੰਦੇ ਹਨ ਸੋ ਕੋਆ ਕੀ ਗਵਰਨਰ ਪੁਰੋਹਿਤ ਜੀ ਨੇ ਇਹ ਸੋਚਿਆ ਕਿ ਇਸ ਤੋਂ ਪਹਿਲੇ ਕਿ ਸੁਪਰੀਮ ਕੋਰਟ ਕੋਈ ਆਰਡਰ ਇਸ਼ੂ ਕਰੇ ਉਹਨਾਂ ਨੇ 29 ਅਕਤੂਬਰ ਨੂੰ ਇੱਕ ਚਿੱਠੀ ਰਾਈ ਮੁੱਖ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਜਲਦੀ ਹੀ ਜੋ ਤਿੰਨ ਬਿਲਾਨ ਮਨੇ ਬਿਲਾਨ ਉਹਨਾਂ ਦੇ ਉੱਪਰ ਕਲੀਅਰੈਂਸ ਦੇਣ ਬਾਰੇ ਵਿਚਾਰ ਕਰ ਰਹੇ ਹਨ ਅਤੇ ਆਪਣੀ ਸਹਿਮਤੀ ਯਾਨੀ ਪ੍ਰਵਾਨਗੀ ਉਹਨਾਂ ਨੂੰ ਸਟੱਡੀ ਕਰਨ ਤੋਂ ਬਾਅਦ ਦੇਣ ਬਾਰੇ ਸੋਚਣਗੇ ਇਸ ਚਿੱਠੀ ਦਾ ਮੂਲ ਮਨੋਰਥ ਇਹ ਹੈ ਕਿ ਜੇਕਰ ਸੁਪਰੀਮ ਕੋਰਟ ਜਦੋਂ ਗਵਰਨਰ ਦਾ ਪੱਖ ਪੁੱਛੇਗੀ ਤਾਂ ਗਵਰਨਰ ਸਾਹਿਬ ਕਹਿ ਸਕਣਗੇ ਕਿ ਮੈਂ ਤਿੰਨ ਮੰਨੀ ਬਿਲਾ ਨੂੰ ਤੇ ਸਹਿਮਤੀ ਦੇਣ ਲਈ ਵਿਚਾਰ ਕਰ ਰਿਹਾ ਸੀ ਵਿਜਾਰ ਰਹੀ ਦੀਨ ਸੀ ਮੇਰੇ ਤੇ ਦੋ ਬਿਲਾ ਬਾਰੇ ਉਹਨਾਂ ਨੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ 29 ਤੋਂ ਲੈ ਕੇ ਅੱਜ 4 ਅਕਤੂਬਰ ਹੋ ਗਈ ਹੈ ਜਦੋਂ ਅਸੀਂ ਇਸ ਉੱਪਰ ਚਰਚਾ ਕਰ ਰਹੇ ਹਾਂ ਤੁਸੀਂ ਹੈਰਾਨ ਹੋਵੋਗੇ ਕਿ ਇੰਨੇ ਦਿਨ ਹੋ ਗਏ گورنر ਸਾਹਿਬ ਨੇ ਹਲੇ ਤੱਕ ਉਸ ਉੱਪਰ ਵਿਚਾਰ ਕਰਕੇ ਕੋਈ ਚਿੱਠੀ ਪੰਜਾਬ ਸਰਕਾਰ ਨੂੰ ਲੈ ਕੇ ਨਾ ਹੀ ਸਹਿਮਤੀ ਪ੍ਰਗਟ ਕੀਤੀ ਹੈ ਤਿੰਨ ਮੰਨੀ ਬਿਲਾ ਬਾਰੇ ਜਿਨ੍ਹਾਂ ਬਾਰੇ ਉਹਨਾਂ ਨੇ 29 ਤਰੀਕ ਚਿੱਠੀ ਲਿਖੀ ਸੀ ਇੱਥੇ ਮੈਂ ਜੋ ਸਭ ਤੋਂ ਮੱਤਪੂਰਣ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਗਵਰਨਰ ਸਾਹਿਬ ਬਾਰ-ਬਾਰ ਕਹਿੰਦੇ ਆ ਕਿ ਮੈਂ ਲੀਗਲ ਓਪੀਨੀਅਨ ਲਈ ਹੈ ਔਰ ਇਹ ਜਿਹੜਾ ਤੁਸੀਂ ਸੈਸ਼ਨ ਬੁਲਾਇਆ ਇਹ ਇਲੀਗਲ ਹੈ ਇਹ ਜੋ ਹੁਣ ਉਹਨਾਂ ਨੇ ਬਿਲਕੁਲ ਹੀ ਪੈਂਤੜਾ ਬਦਲਿਆ ਆਪਣਾ ਪੈਂਤਲਾ ਉਲਟਾ ਕਰਤਾ ਕਿ ਉਹ ਕਹਿੰਦੇ ਨੇ ਕਿ ਮੈਂ ਤਿੰਨ ਮਨੀ ਬਿਲ ਨੂੰ ਵਿਚਾਰ ਦੀਨ ਹਨ ਮੇਰੇ ਜੇ ਕਰੇ ਪਹਿਲੀ ਗੱਲ ਇਲਲੀਗਲ ਕਹੀ ਹੈ ਤੇ ਫਿਰ ਹੁਣ ਇਲਲੀਗਲ ਗੱਲ ਹੋਣ ਦੇ ਬਾਵਜੂਦ ਉਹ ਇਹਨਾਂ ਨੂੰ ਵਿਚਾਰ ਅਧੀਨ ਕਰ ਰਹੇ ਸੋਚਣ ਵਾਲੀ ਗੱਲ ਹੈ ਕਿ ਇਸ ਵਿੱਚੋਂ ਜਿਵੇਂ ਗਵਰਨਰ ਦੀ ਮਨਮਾਨੀ ਦੀ ਬੂਹ ਆ ਰਹੀ ਹੈ ਔਰ ਹਰ ਕੋਈ ਸੋਚਣ ਲਈ ਇਹ ਮਜਬੂਰ ਹੋ ਜਾਂਦਾ ਹੈ ਕਿ ਜਿਹੜੇ ਸੈਸ਼ਨ ਨੂੰ ਉਹ ਇਲਲੀਗਲ ਕਹਿ ਰਹੇ ਸੀ ਜੇ ਹੁਣ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਪੰਜਾਬ ਗਵਰਨਮੈਂਟ ਨੇ ਕਿ ਪੰਜਾਬ ਦਾ ਗਵਰਨਰ ਜੋ ਹੈ ਉਹਨਾਂ ਦੀ ਪ੍ਰਸ਼ਾਸਨਿਕ ਜਿਵੇਂ ਮਾਰੀਆਂ ਨਿਬਾਉਣ ਨਹੀਂ ਦੇ ਰਿਹਾ ਉਹਨਾਂ ਚੜਚੜਾ ਡਾ ਰਿਹਾ ਰੁਕਾਵਟਾਂ ਪਾ ਰਿਹਾ ਤਾਂ ਫਿਰ ਉਹ ਜਿਹੜੀ ਲੀਗਲ ਓਪੀਨੀਅਨ ਸੀ ਉਹ ਕਿੱਥੇ ਚਲੀ ਗਈ ਸੋ ਇਸ ਤੇ ਸਿੱਟਾ ਇਹ ਨਿਕਲਦਾ ਕਿ ਜਿੱਥੇ-ਜਿੱਥੇ ਭਾਜਪੀ ਦੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਉੱਥੇ-ਉੱਥੇ ਜਿਹੜੇ ਗਵਰਨਰ ਚਾਹੇ ਉਹ ਵੈਸਟ ਬੰਗਾਲ ਹੈ ਕਰਲਾ ਤੈਮੂ ਲਾਂਡੂ ਹੈ ਪੰਜਾਬ ਹੈ ਉਥੋਂ ਦੇ ਗਵਰਨਰ ਗੈਰ ਕਾਨੂੰਨੀ ਖੇਡਾਂ ਖੇਡਦੇ ਨੇ ਸਟੇਟ ਨਾਲ ਉਹਨਾਂ ਦੇ ਕੰਮ ਵਿੱਚ ਰੁਕਾਵਟ ਬਣਦੇ ਇਹ ਜੋ ਖੇਡਾਂ ਖੇਡਣ ਦੀਆਂ ਤੇ ਪੰਜਾਬ ਅਤੇ ਹੋਰ ਸਰਕਾਰਾਂ ਦੇ ਗਵਰਨਰਾਂ ਨੇ ਜੋ ਰੁਕਾਵਟਾਂ ਬਣਾਈਆਂ ਇਹ ਬੀਜੇਪੀ ਦੇ ਗਵਰਨਰਾਂ ਦਾ ਇੱਕ ਨਵਾਂ ਕਲਚਰ ਹੈ ਜਿਸ ਦੀ ਅਸੀਂ ਸ਼ਲਾਗਾ ਨਹੀਂ ਕਰ ਸਕਦੇ ਤੇ ਨਾ ਹੀ ਲੋਕ ਇਸ ਦੀ ਕੋਈ ਸ਼ਲਾਗਾ ਕਰਦੇ ਆ ਯਾਨੀ ਜੇਕਰ ਗਵਰਨਰ ਡਿੱਕਾ ਪਾਉਂਦੇ ਹਨ ਤਾਂ ਫਿਰ ਮਮਤਾ ਬਾਦਨਰ ਜੀ ਨੇ ਬੜੀਆਂ ਅਜਈਆਂ ਸਟੇਟਮੈਂਟਾਂ ਦਿੱਤੀਆਂ ਜਿਨ੍ਹਾਂ ਚ ਉਹਨਾਂ ਨੇ ਗਵਰਨਰ ਨੂੰ ਯਾਨੀ ਕਿ ਜੇ ਇਹ ਕਹੀਏ ਕਿ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਝਾੜਪਾਣ ਦੇ ਨੇੜੇ ਜਾਂਦੀਆਂ ਏਸੀ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਮਰੀ ਕਿਆ ਕਿ ਮੇਰੇ ਕੋ ਲੋਕਾਂ ਦਾ ਮੰਡੇਟ ਹੈ 3 ਕਰੋੜ ਰੁਪਏ ਲੋਕਾਂ ਦਾ ਮੈਂ ਰਿਪਰੈਜ਼ੈਂਟੇਟਿਵ ਹਾਂ ਤੁਸੀਂ ਕਨਸਟੀਟਿਊਸ਼ਨਲ ਹੈਡ ਹੋ ਸਵਿਵਦਾਨਿਕ ਹੈਡ ਹੋ ਤੁਹਾਨੂੰ ਕੋਈ ਅਖਤਿਆਰ ਨਹੀਂ ਕਿ ਤੁਸੀਂ ਪੰਜਾਬ ਦੀ ਪ੍ਰਸ਼ਾਸਨ ਵਿੱਚ ਦਖਲ ਦਿਓ ਔਰ ਇਹ ਪੰਜਾਬ ਦੇ ਗਵਰਨਰਲ ਪ੍ਰੋਜ ਜੀ ਤਾਂ ਇਥੋਂ ਤੱਕ ਆਏ ਕਿ ਇਹ اپੋਜੀਸ਼ਨ ਪਾਰਟੀਆਂ ਦੇ ਲੀਡਰਾਂ ਨੂੰ ਇਹਨਾਂ ਇਨਕਰਜ ਕਰਦੇ ਹਨ ਕਿ ਉਹ ਇਹਨਾਂ ਕੋ ਲਾ ਕੇ ਮੈਮੋਰੰਡਮ ਦੇਣ ਤੇ ਫਿਰ ਉਹਨਾਂ ਮੈਮੋਰੰਡਮਾਂ ਤੇ ਇਹ ਸਾਈਨ ਕਰਕੇ ਭੇਜ ਦੇਣ ਇਹਦਾ ਜਵਾਬ ਦਿਓ ਇਹਦਾ ਜਵਾਬ ਦਿਓ ਇਹਦਾ ਜਵਾਬ ਦਿਓ ਔਰ ਪੰਜਾਬ ਦੇ ਜਦੋਂ ਦੌਰੇ ਤੇ ਜਾਂਦੇ ਆ ਤਾਂ ਉੱਥੇ ਜਾ ਕੇ ਉਹ ਅਜਿਹੇ ਆ ਸਟੇਟਮੈਂਟਾਂ ਪਬਲਿਕ ਜੀ ਮੀਡੀਆ 'ਚ ਦਿੰਦੇ ਆ ਜਿਹੜੀਆਂ ਕਿ ਗਵਰਨਰ ਨੂੰ ਸ਼ੋਭ ਦਿਆਂ ਨਹੀਂ ਇਸ ਰਤਵੇ ਦੇ ਮਰਿਆਦਾ ਮਾਣ ਨੂੰ ਸ਼ੋਭਾ ਨਹੀਂ ਦਿੰਦੀਆਂ ਪਰ ਉਹ ਕਰੀ ਜਾ ਰਹੇ ਆ ਕਿਉਂਕਿ ਉਹਨਾਂ ਦੇ ਪਿੱਛੇ ਜਿਹੜਾ ਹੱਥ ਹੈ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜੇਕਰ ਤੁਸੀਂ ਇਹਨਾਂ ਕਨਸਟੀਟਿਊਸ਼ਨਲ ਜੋ ਆਫਿਸ ਆਨ ਗਵਰਨਰ ਦੇ ਉਹਨਾਂ ਰਾਹੀਂ ਸਟੇਟਾਂ ਉੱਪਰ ਰਾਜ ਕਰਨ ਦੀ ਜਿਹੜੀ ਤੁਹਾਡੀ ਭਾਵਨਾ ਹੈ ਉਹ ਜਿਹੜੀ ਤੁਹਾਡੀ ਇੱਛਾ ਹੈ ਜਾਂ ਉਹਨਾਂ ਨੂੰ ਨਾਕਾਮ ਕਰਨ ਦੀ ਜਿਹੜੀ ਇੱਛਾ ਹੈ ਸਰਕਾਰਾਂ ਨੂੰ ਫੇਲ ਕਰਨ ਦੀ ਜਿਹੜੀ ਇਹ ਪਿੱਛੇ ਸੋਚ ਚੱਲ ਰਹੀ ਹੈ ਇਹ ਬੜੀ ਨਿੰਦਣਯੋਗ ਹੈ ਤੇ ਸਾਨੂੰ ਇਸ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਦੇਸ਼ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਸ ਦੀ ਸਰਕਾਰ ਸਟੇਟਾਂ ਬਾਰੇ ਨਾਲ ਜਿਨ੍ਹਾਂ ਸਟੇਟਾਂ ਵਿੱਚ ਉਹਨਾਂ ਦਾ ਰਾਜ ਨਹੀਂ ਹੈਗਾ ਵਿਰੋਧੀ ਪਾਰਟੀਆਂ ਦਾ ਉੱਥੇ ਕਿਵੇਂ ਉਹਨਾਂ ਨੂੰ ਡੀਰੀਲ ਕਰਨ ਲਈ ਕੀ ਕੁਝ ਕਰ ਦਿਆ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਇਸ ਚਰਚਾ ਵਿੱਚ ਜੋ ਤੁਹਾਨੂੰ ਤੱਥ ਪੇਸ਼ ਕੀਤੇ ਹਨ ਇਹ ਪਸੰਦ ਆਣਗੇ ਅਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਆਪਣੇ ਮਿੱਤਰਾਂ ਤੇ ਸਬੰਧੀਆਂ ਨਾਲ ਸ਼ੇਅਰ ਕਰੋਗੇ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਅਮਰਤ ਪ੍ਰਸਾਰ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਵੀ ਕਰੋ ਸਤਿ ਸ਼੍ਰੀ ਅਕਾਲ